ਬਲਦੇਵ ਸਿੰਘ ਦੀ ਰਚਨਾ ਸੜਕੇ ਇਲਾਹੀ ਅਸੀਂ ਗੱਡੀਆਂ ਵਾਲੇ ਹਰ ਵੇਲੇ ਇੱਕ ਡਰ ਤੇ ਸਹਿਮ ਦੇ ਅਹਿਸਾਸ ਨਾਲ ਜਿਉਂਦੇ ਆ ਜੇ ਡਰਾਈਵਰਾਂ ਪਤਾ ਨਹੀਂ ਸੜਕ ਦਾ ਕਿਹੜਾ ਗੁੰਮਨਾਮ ਹਿੱਸਾ ਸਾਡੀ ਮੌਤ ਦਾ ਸ਼ਿਲਾਲੇਖ ਬਣਨੇ ਜੇ ਕਿਸੇ ਟਰੱਕ ਬੱਸ ਦੇ ਮਾਲਕਾਂ ਪਤਾ ਨਹੀਂ ਕਿਹੜੇ ਵੇਲੇ ਡਰਾਈਵਰ ਨੇ ਕੋਈ ਮਨਹੂਸ ਖਬਰ ਲਿਆ ਕੇ ਸਾਡਾ ਦਿਨ ਦਾ ਚੈਨ ਜਾਂ ਰਾਤਾਂ ਦੀ ਨੀਂਦ ਉਚਾਟ ਕਰ ਜਾਣੀ 1 ਮਹੀਨੇ ਦੀ 7 ਤਰੀਕ ਨੂੰ ਗੱਡੀ ਲੋਡ ਕਰਕੇ ਤੁਰੀ। ਮਹਾਰਾਸ਼ਟਰ ਚਮਰਾਵਤੀ ਦਾ ਮਾਲ ਸੀ। ਤੁਰਨ ਤੋਂ ਪਹਿਲਾਂ ਡਰਾਈਵਰ ਨੂੰ ਇੰਨਾ ਸਮਝਾਇਆ, ਸ਼ਾਇਦ ਅੱਜਕੱਲ ਕੋਈ ਮਾਂ ਵੀ ਆਪਣੀ ਧੀ ਨੂੰ ਸਹਰੇ ਤੁਰਨ ਵੇਲੇ ਇਨਾ-ਨਾ ਸਮਝਾਉਂਦੀ ਹੋਵੇ। ਗੱਡੀ ਤੇਜ਼ ਨਹੀਂ ਚਲਾਉਣੀ, ਮੀਂਹ 'ਚ ਨਹੀਂ ਚਲਾਉਣੀ, ਪੀਕੇ ਨਹੀਂ ਚਲਾਉਣੀ। ਰਾਤ ਨੂੰ ਨੀਂਦ ਆਉਂਦੀ ਹੋਵੇ ਲਾਲਚ ਨਹੀਂ ਕਰਨਾ। ਕਿਸੇ ਨਾਲ ਜ਼ਿੱਦ ਕੇ ਨਹੀਂ ਭਜਾਉਣੀ ਗੱਡੀ ਨਾਲ। ਗੱਡੀ ਸਟਾਕੇ ਨਹੀਂ ਰੱਖੀ ਦੀ, ਇੱਕ ਦਿਨ ਲੇਟ ਆ ਜਾਈ ਕੋਈ ਹਰਜਾਨੀ। ਮੋਬਿਲ ਪਾਣੀ ਚੈੱਕ ਕਰਾ ਲੇ ਜਿੰਨਾ ਚਿਰ ਡਰਾਈਵਰ ਗੱਡੀ ਲੈ ਕੇ ਤੁਰ ਨਹੀਂ ਗਿਆ ਮੈਂ ਕੁਝ ਆਖਦਾ ਹੀ ਰਿਹਾ ਸੋਚਿਆ ਹੁਣ 4-5 ਦਿਨ ਚੈਨ ਨਾਲ ਲਿਖ ਪੜ ਲਵਾਂਗਾ ਬੁੱਧਵਾਰ ਗੱਡੀ ਇੱਧਰੋਂ ਗਈ ਸੀ ਵੀਰਵਾਰ ਸੁੱਖ ਦਾ ਲੰਘਿਆ ਸ਼ੁੱਕਰਵਾਰ ਦੀ ਰਾਤ ਨੂੰ 11 ਵਜੇ ਘੰਟੀ ਵੱਜੀ ਬਾਰਿਸ਼ ਦੀ ਦੇਖਿਆ ਖੇਠਾਂ ਗੱਡੀ ਦਾ ਖਲਾਸੀ ਖੜਾ ਹੈ ਲਹੂ ਸੁੱਕ ਗਿਆ ਕੰਦ ਨਾਲ ਲਟਕਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮੂਰੇ ਹੱਥ ਜੋੜੇ ਸੁੱਖ ਹੋਵੇ ਫਿਰ ਦਰਦੇ ਦਰਦੇ ਨੇ ਪੁੱਛਿਆ ਕੀ ਹੋਇਆ ਥੱਲੇ ਆਇਂ ਘੇਰਾ ਉਹ ਬੋਲਿਆ 헤ਠਾਂ ਪੌੜੀਆਂ ਉੱਤਰਦਾ ਵੀ ਮੈਂ ਸੁਖਣਾ ਸੁਖਦਾ ਗਿਆ ਐਤਕੀ ਪੰਜਾਬ ਗਿਆ ਤਾਂ ਅੰਬਰ ਸਰ ਨਾ ਕੇ ਆਉ ਸੱਚੇ ਪਾਤਸ਼ਾਹ ਮੇਰ ਰੱਖੀ ਪਤਾ ਨਹੀਂ ਕੋਈ ਕਾਗਜ਼ੀ ਭੁੱਲ ਗਿਆ ਹੋਵੇ ਤੇ ਮੈਂ ਦਰਵਾਜ਼ਾ ਖੋਲ੍ਹਿਆ ਨਵੀਂ ਪਾਈ ਮੇਰੇ ਕੋਲ ਆਇਆ ਚੱਕਦਾ ਚੱਕਦਾ ਬੋਲਿਆ ਸੰਭਲਪੁਰ ਕੋਲੇ ਗੱਡੀ ਲੱਗੀ ਮੰਦੇ ਬਾਜ਼ਾਰ ਨੇ ਤਾਂ ਪਹਿਲਾਂ ਹੀ ਸਾਡਾ ਧੂਆਂ ਘਟਿਆ ਪਿਆ ਮੈਂ ਕਿਵੇਂ ਲੱਗੀ ਥੋੜੇ ਸੱਟਾਂ ਤਾਂ ਨਹੀਂ ਲੱਗੀਆਂ ਵੀ ਪੁੱਛਣ ਜੋਗਾ ਨਾ ਰਿਆ ਉਹ ਆਪ ਹੀ ਬੋਲਿਆ ਬ੍ਰੇਕਾਂ ਦੀ ਹਵਾ ਲੀਕ ਸੀ ਬੀ ਤੋਂ ਨਹੀਂ ਸੀ ਵੱਧਈ ਇੱਕ ਗੱਡੀ ਦੇ ਪਿੱਛੇ ਜਾ ਲੱਗੀ ਤੇ ਨਾਲ ਹੀ ਉਹਨੇ ਜੇਬ ਚੋਂ ਕੱਢ ਕੇ ਸਲਿੱਪ ਮੇਰੇ ਵੱਲ ਵਧਾਈ ਆ ਸਾਮਾਨ ਲੈ ਕੇ ਜਾਣਾ ਮੈਂ ਸਲਿੱਪ ਪੜੀ ਰੇਡੀਏਟਰ ਇੰਜਨ ਮਾਊਟਿੰਗ ਸਟਾਰਟਿੰਗ ਪੁਲੀ ਡਾਇਨਾਮੋ ਫਿਲਟਰਾਂ ਦਾ ਚਾਪਾ ਫੈਨ ਬੈਲਟ ਕਲਚ ਦੀ ਹੰਡੀ ਸਾਹਮਣੇ ਸ਼ੀਸ਼ੇ ਇੱਕ ਹੈੱਡਲਾਈਟ ਪੂਰੀ ਵਾਟਰ ਪمپ ਦੀ ਬਾਡੀ ਮੈਨੂੰ ਚੱਕਰ ਆ ਗਿਆ ਤੁਸੀਂ ਬਚ ਗਏ ਤੁਹਾਨੂੰ ਮੈਥੋਂ ਗੁੱਸੇ ਚ ਆਖਿਆ ਗਿਆ ਉਹ ਨੀਵੀਂ ਪਾਈ ਖੜਾ ਰਿਹਾ। ਹੁਣ ਅਤੀ ਰਾਤ ਨੂੰ ਮੇਰੀ ਫੈਕਟਰੀ ਲਈ ਵੀ ਹੈ। ਤੜਕੇ ਨਹੀਂ ਸੀ ਆਇਆ ਜਾਂਦਾ। ਖਲਾਸੀ ਤਾਂ ਮੈਨੂੰ ਸੁਨੇਹਾ ਦੇ ਕੇ ਮੁੜ ਗਿਆ। ਸ਼ਾਇਦ ਥੱਕਿਆ ਟੁੱਟਿਆ ਉਹ ਗਰਾਸਟ ਜਾ ਕੇ ਸੌਂ ਵੀ ਗਿਆ ਹੋਵੇ। ਪਰ ਦੋਸਤੋ ਉਸ ਵੇਲੇ ਮੇਰੇ ਵਰਗੀ ਸਥਿਤੀ 'ਚ ਘਿਰੇ ਬੰਦੇ ਨੂੰ ਬਾਕੀ ਦੀ ਰਾਤ ਤਾਂ ਕੰਡਿਆਂ ਦੀ ਸੇਜ ਤੇ guzari ਰਾਤ ਵਰਗੀ ਹੋ ਨਿਬੜਦੀ ਹੈ। ਤੇ ਇਉਂ ਅਸੀਂ ਗੱਡੀਆਂ ਵਾਲੇ ਇਹੋ ਜਿਹੀਆਂ ਬਦਸ਼ਗਣੀਆਂ ਖਬਰਾਂ ਤੋਂ ਡਰਦੇ ਬਹੁਤ ਅੰਧਵਿਸ਼ਵਾਸੀ ਤੇ ਵਹਿਮੀ ਹੋ ਜਾਂਦੇ ਆ। ਟਰਨਮੇ ਲਈ ਕਿਹੜਾ ਮੱਥੇ ਲੱਗਿਆ ਸੀ ਕਿਸੇ ਨੇ ਪਿੱਛੋਂ ਆਵਾਜ਼ ਤਾਂ ਨਹੀਂ ਮਾਰੀ ਕਿਸੇ ਭੈਣ ਦੇ ਯਾਰ ਨੇ ਟੋਕਿਆ ਤਾਂ ਨਹੀਂ ਸੀ ਕਿਸੇ ਨੇ ਹੌਕਾ ਤਾਂ ਨਹੀਂ ਸੀ ਲਿਆ ਇਸ ਤਰ੍ਹਾਂ ਸਾਡਾ ਭਾਈਚਾਰਾ ਕੁਝ ਧਾਰਨਾਵਾਂ ਬਣਾ ਲੈਂਦਾ ਜੇ ਫਲਾਣਾ ਢਿੱਡਲ ਪੁੱਛ ਲਵੇ ਕਿੱਧਰ ਦਾ ਮਾਲ ਹੈ ਤੇ ਸਮਝੋ ਗੱਡੀ ਸੁਖ ਸਾੰਦ ਨਾਲ ਨਹੀਂ ਮੁੜਦੀ ਜੇ ਮੱਕੀ ਭਨ ਗਏ ਤੇ ਵੀ ਗੱਡੀ ਤਾਂ ਬੜੀ ਸ਼ਿੰਗਾਰੀ ਹੈ ਫਿਰ ਵੀ ਕੋਈ ਕਾਰਾ ਹੋ ਕੇ ਰੋ ਜੇ ਫਲਾਣਿਆਂ ਦਾ ਬੁੜਾ ਗੱਡੀ ਦਾ ਨੰਬਰ ਦੇਖ ਕੇ ਲੰਘ ਜੇ ਫਿਰ ਵੀ ਸੁੱਕੀ ਨਹੀਂ ਮੁੜਦੀ ਇਹੋਂ ਸੀ ਪੂਜਾ ਪਾਠ ਵੀ ਵਿਧੇਰੇ ਕਰਨ ਲੱਗ ਜਾਨੇ ਆ ਗੱਡੀਆਂ ਵਾਲਿਆਂ ਦੀਆਂ ਜ਼ਮੀਰਾਂ ਥਾਣਿਆਂ ਕਚਹਿਰੀਆਂ ਚ ਗਿਰਵੀ ਪਈਆਂ ਰਹਿੰਦੀਆਂ ਸਾਡੀਆਂ ਮਾਵਾਂ ਪਤਨੀਆਂ ਭੈਣਾਂ ਸਵੇਰੇ ਸ਼ਾਮ ਗੁਰਦੁਆਰੇ ਮੰਦਿਰੇ ਜਾ ਕੇ ਮੱਥੇ ਟੇਕਣ ਦੀ ਆਦੀ ਹੋ ਜਾਂਦੀਆਂ ਇਹ ਤਾਂ ਹੁਣ ਸਾਬਤ ਹੋ ਚੁੱਕਾ ਹੈ ਬੰਦਾ ਡਰਦਾ ਹੀ ਰੱਬ ਨੂੰ ਧਿਆਉਂਦਾ ਨਹੀਂ ਤਾਂ ਉਹ ਰੱਬ ਦੀ ਵੱਡੀ ਉਂਗਲ ਤੇ ਨਮੁੱਤੇ 1975 76 ਦੀ ਗੱਲ ਹੈ ਅਸਾਮ ਚ ਮੈਨੂੰ ਉਸ ਜਗ੍ਹਾ ਦਾ ਨਾਂ ਨਹੀਂ ਯਾਦ ਆ ਰਿਹਾ ਸੜਕ ਦੇ ਦੋਹੀ ਪਾਸੇ 15-16 ਕਿਲੋਮੀਟਰ ਲੰਬਾ ਜੰਗਲ ਹੀ ਜੰਗਲ ਹੈ ਉਦੋਂ ਇਸ ਜੰਗਲ ਚ ਹਾਥੀ ਆਮ ਹੀ ਹੁੰਦੇ ਸੀ ਤੇ ਸੜਕ ਤੇ ਨਿਕਲ ਆਉਂਦੇ ਸੀ ਤੇ ਜੇ ਕੋਈ ਡਰਾਈਵਰ ਇਹਨਾਂ ਨਾਲ ਸ਼ਰਾਰਤ ਕਰੇ ਤਾਂ ਕਈ ਵਾਰੇ ਮਸਤ ਜਾਂਦੇ ਸੀ ਗੱਡੀਆਂ ਉਲਟਾ ਦਿੰਦੇ ਸੀ ਰਾਂ ਰੋਕ ਕੇ ਜਾਮ ਲਾ ਦਿੰਦੇ ਉਸੇ ਜੰਗਲ ਦਾ ਲੰਗੜਾ ਹਾਥੀ ਇਹੋ ਜਿਹੀਆਂ ਵਾਰਦਾਤਾਂ ਕਰਨ ਚ ਬੜਾ ਪ੍ਰਸਿੱਧ ਸੀ ਕੋਈ ਡਰਾਈਵਰ ਉਹਨੂੰ ਫੇਟ ਮਾਰ ਗਿਆ ਸੀ ਉਦੋਂ ਤੋਂ ਗੱਡੀਆਂ ਨਾਲ ਉਹਨੂੰ ਛੇੜ ਹੋ ਗਈ ਸੀ ਉਸ ਦਿਨ ਚੰਨ ਚਾਨਣੀ ਰਾਤ ਸੀ ਮੈਂ ਸਿੱਲੀ ਗੁੜੀ ਵੱਲ ਆ ਰਿਹਾ ਸੀ ਮੈਥੋਂ ਅੱਗੇ ਦੋ ਟਰੱਕ ਜਾ ਰਹੇ ਸੀ ਉਹਨਾਂ ਦੀਆਂ ਪਿਛਲੀਆਂ ਜਗਦੀਆਂ ਬੱਤੀਆਂ ਮੈਨੂੰ ਦਿਖ ਰਹੀਆਂ ਸੀ ਚਾਰਚ ਫਿਰ ਇਹ ਜੰਗਲ ਹੀ ਜੰਗਲ ਸੀ ਗੱਡੀਆਂ ਭਿਆਨਕ ਜੀ ਆਵਾਜ਼ ਕਰਦੀਆਂ ਸੜਕ ਨੂੰ ਰੋਂਦਦੀਆਂ ਜਾ ਰਹੀਆਂ ਸੀ ਅਚਾਨਕ ਸਾਹਮਣੀਆਂ ਗੱਡੀਆਂ ਰੁਕ ਗਈਆਂ ਕੁਝ देर ਬਾਅਦ ਮੈਂ ਵੀ ਪਹੁੰਚ ਗਿਆ ਦੇਖਿਆ ਸੜਕ ਦੇ ਵਿੱਚ ਘਾਰ ਤਿੰਨ ਹਾਥੀ ਖੜੇ ਹੋਣਾ ਪੂਰੀ ਸੜਕ ਰੁਕੀ ਹੋਈ ਹੈ ਖਲਾਸੀ ਉਧਰਲੇ ਇਲਾਕੇ ਦਾ ਭੇਤੀ ਸੀ ਉਹਨੇ ਦੱਸਿਆ ਵੀ ਹੁਣੇ ਆਪਣੇ ਆਪ ਇੱਥੋਂ ਚਲੇ ਜਾਣ ਤਾਂ ਠੀਕ ਹੈ ਜੇ ਕਿਸੇ ਡਰਾਈਵਰ ਨੇ ਗੱਡੀ ਭਜਾਈ ਤਾਂ ਇਹ ਨਵਿਗੜ ਜਾਣਾ ਇਹਨੇ ਨੂੰ ਸਾਹਮਣੀ ਗੱਡੀ ਸਟਾਰਟ ਹੋ ਗਈ ਖਾਤੀ ਨੇ ਸਾਹਮਣੀ ਟੱਕਰ ਲਾ ਲਈ ਇੱਕ ਖਾਤੀ ਸਾਡੇ ਵੱਲ ਨੂੰ ਆ ਗਿਆ ਖਲਾਸੀ ਨੇ ਘਬਰਾ ਕੇ ਹੈਡਲਾਈਟਾਂ ਬੰਦ ਕਰਕੇ ਨਾਲੇ ਗੱਡੀ ਬੰਦ ਕਰਦੇ ਤੇ ਗਣੇਸ਼ ਦੀ ਪੂਜਾ ਕਰਨ ਲੱਗਾ ਜੈ ਬਾਬਾ ਗਣੇਸ਼ ਅੱਸੀ ਸਵਾ ਕਿਲੋ ਲੱਡੂ ਖਾਵਾਂਗੇ ਇਹ ਗਣੇਸ਼ ਮਹਾਰਾਜ ਸਾਡੀ ਰੱਖਿਆ ਕਰ ਮੈਂ ਵੀ ਡਰ ਨਾਲ ਕੰਬਣ ਲੱਗਾ ਹਾਥੀ ਢੇੜਾ ਦੇ ਕੇ ਫਿਰ ਸਾਹਮਣੇ ਹਾਥੀਆਂ ਕੁੱਲ ਝੂਲਦਾ ਚਲਾ ਗਿਆ ਪਤਾ ਨਹੀਂ ਉਹ ਹੈਰਾਨ ਹੁੰਦੇ ਹੋਣ ਕਿ ਸਾਡੇ ਵਰਗੇ ਕੋਠੇ ਜਿਹੇ ਕਿਧਰ ਸੜਕਾਂ ਦੇ ਭੱਜੇ ਫਿਰਦੇ ਐ ਮੈਂ ਗਣੇਸ਼ ਤੋਂ ਸ਼ੁਰੂ ਕਰਕੇ ਜਿੰਨੇ ਪੀਰ ਪੈਗੰਬਰ ਜਾਣਦਾ ਸੀ ਸਭਨਾਂ ਨੂੰ ਆਜਾ ਮਾਰੀਆਂ ਪਤਾ ਨਹੀਂ ਬੇਖਬਰ ਸੁੱਤੇ ਦੇਵਤਿਆਂ ਗੁਰੂਆਂ ਨੇ ਸਾਡੀਆਂ ਅਰਜ਼ੋਈਆਂ ਸੁਣੀਆਂ ਕਿ ਨਹੀਂ ਪਰ ਅੱਧਾ ਘੰਟਾ ਹਾਥੀ ਸਾਡੇ ਲਹੂ ਨੂੰ ਪਾਣੀ ਬਣਾ ਕੇ ਜੰਗਲ 'ਚ ਚਲੇ ਗਏ ਜਾਨ ਚ ਜਾਨ ਆਈ ਤੇ ਅਸੀਂ ਉੱਥੋਂ ਈਉਂ ਗੱਡੀਆਂ ਭਜਾਈਆਂ ਜਿਵੇਂ ਹਾਥੀ ਅਜੇ ਵੀ ਸਾਡੇ ਪਿੱਛੇ ਭੱਜਿਆ ਰਹੇ। ਖਲਾਸੀ ਨੇ ਮੈਨੂੰ ਸਮਝਾਇਆ ਹੁਣ ਕੋਈ ਡਰ ਨਹੀਂ। ਇਹ ਗਣੇਸ਼ ਦੀ ਪੂਜਾ ਨੂੰ ਬਹੁਤ ਮੰਨਦੇ ਐ। ਬਸ ਗੱਡੀ ਬੰਦ ਕਰਕੇ ਹੱਥ ਜੋੜਦੇ ਹੋ ਚੁੱਪਚਾਪ ਮੁੜ ਜਾਂਦੇ ਐ। ਅੱਜ ਸਿੱਲੀ ਗੁੜੀ ਜਾ ਕੇ ਆਪਣੀ ਗੱਡੀ 'ਚ ਗਣੇਸ਼ ਦੀ ਫੋਟੋ ਵੀ ਲਾਈ। ਮੈਂ ਖਲਾਸੀ ਨੂੰ ਕੀ ਪਤਾ ਨਹੀਂ ਸਾਨੂੰ ਗੱਡੀਆਂ ਵਾਲਿਆਂ ਨੂੰ ਕਿਹੜੇ ਵੇਲੇ ਕਿਸ ਦੇਵਤੇ ਦੀ ਪੂਜਾ ਕਰਨੀ ਪੈ ਜਾਏ। ਜੇ ਬੰਗਾਲ 'ਚ ਕੋਈ ਝਮੇਲਾ ਪੈ ਜਾਏ ਤਾਂ ਕਾਲੀ ਦੇਵੀ ਨੂੰ ਮੰਨਣਾ ਪੈਂਦਾ। ਕਿਸੇ ਬੱਕਰੇ ਦੀ ਬਲੀ ਸੁਖਣੀ ਪੈਂਦੀ ਹੈ ਉੜੀਸਾ 'ਚ ਕੋਈ ਸੰਕਟ ਆ ਜਾਏ ਤਾਂ ਪੂਰੀ ਦਾ ਜਗਨਨਾਥ ਸਾਡੀ ਮਦਦ ਕਰਦਾ ਹੈ ਮਥਰਾ ਵਾਲਾ ਇਹ ਤਾਂ ਗੁਪੀਆਂ ਦੇ ਕਾਂਝੀ ਨੂੰ ਅਸੀਂ ਡਿਸਟਰਬ ਕਰਦੇ ਆਂ ਮੁਸਲਮਾਨਾਂ ਦੇ ਮਹੱਲੇਾਂ 'ਚ ਕੋਈ ਧੱਕਾਚਾਪ ਆ ਜਾਏ ਝਟੱਲਾਂ ਨੂੰ ਥਿਆਈਦਾ ਹੁੰਜ ਤਾਂ ਅਸੀਂ ਸਭ ਭੇਦ ਭਾਵ ਮਿਟਾ ਕੇ ਆਪਣੀਆਂ ਗੱਡੀਆਂ 'ਚ ਸਿੱਖਾਂ ਦੇ ਗੁਰੂ ਅੱਲਾ ਹੀ ਸਾ ਬੋਲੇਨਾਥ ਕ੍ਰਿਸ਼ਨ ਕਾਲੀ ਦੇਵੀ ਬੁੱਧ ਜੀ ਇੱਥੋਂ ਤੱਕ ਕਿ ਮਹਾਤਮਾ ਗਾਂਧੀ ਤੇ ਇੰਦਰਾ ਗਾਂਧੀ ਦੇ ਫੋਟੋ ਵੀ ਲਟਕਾਈ ਫਿਰਦੇ ਰਹਿੰਦੇ ਆਂ ਹੋਰ ਤਾਂ ਹੋਰ ਜੀਨਤਮਾਨ ਹਿਮਮਾਲੀ ਰੇਖਾ ਵਰਗੀਆਂ ਦੀ ਵੀ ਅਸੀਂ ਪੂਜਾ ਕਰਦੇ ਹਾਂ ਤੇ ਭਗਤ ਸਿੰਘ ਸੁਭਾਸ਼ ਚੰਦਰ ਬੋਸ ਤੇ ਚੰਦਰ ਸ਼ੇਖਰ ਆਜ਼ਾਦ ਹੋਰ ਉਹਨਾਂ ਦੇਵਤਿਆਂ ਦੇ ਨਾਲ ਹੀ ਧੂਪ ਦਿੰਨੇ ਆ ਇਹ ਸਾਰੇ ਮਿਲ ਕੇ ਵੇਲੇ-ਕੁਵੇਲੇ ਸਾਡੀ ਰੱਖਿਆ ਕਰਦੇ ਹਨ ਇਹ ਸਾਡਾ ਵਿਸ਼ਵਾਸ ਹੈ ਮੁਗਲ ਕਾਲ 'ਚ ਸ਼ਹਿਨ ਸ਼ਾਹ ਅਕਬਰ ਨੇ ਕੁਝ ਧਰਮਾਂ ਨੂੰ ਰਲਗੱਡ ਕਰਕੇ ਦੀਨੇ ਇਲਾਹੀ ਧਰਮ ਪ੍ਰਚਲਿਤ ਕਰਨਾ ਚਾਹਿਆ ਸੀ ਪਰ ਉਹ ਹਰਮਨ ਪਿਆਰਾ ਨਹੀਂ ਹੋ ਸਕਿਆ ਅਸੀਂ ਦੁਨੀਆ ਭਰ ਦੇ ਧਰਮਾਂ ਨੂੰ ਕਿਸੇ ਵੀ ਭੇਦਭਾਵ ਰਹਿਤ ਆਪਣੀਆਂ ਗੱਡੀਆਂ ਦੇ ਕੈਬਿਨਾ ਵਿੱਚ ਇੱਕੋ ਜਿਹੀ ਮਾਨਤਾ ਦੇ ਕੇ ਬਰਾਬਰ ਦਾ ਸਤਿਕਾਰ ਦੇਣੇ ਆ ਭਾਵੇਂ ਇਸ ਪਿੱਛੇ ਸਾਡੀ ਗਰਜ਼ ਕੰਮ ਕਰਦੀ ਹੈ ਪਰ ਦੁਨੀਆ ਦਾ ਕਿਹੜਾ ਧਾਰਮਿਕ ਨੇਤਾ ਇਸ ਗਰਜ਼ ਤੋਂ ਖਹਿੜਾ ਛੁਡਾ ਸਕਿਆ ਓ ਸਾਡਾ ਸੜਕ ਧਰਮ ਅਕਬਰ ਦੇ ਦੀਨੇ ਇਲਾਹੀ ਨਾਲੋਂ ਕਈ ਕਦਮ ਅਗੇ ਰਿਹਾ ਮੈਨੂੰ ਯਾਦ ਹੈ ਸੋਨਾ ਗਾਚੀ ਇੱਕ ਵੈਸਵਾ ਦੇ ਇੰਟਰਵਿਊ ਵੇਲੇ ਉਦੇ ਕਮਰੇ ਅੰਦਰ ਦੇਵੀ ਦੇਵਤਿਆਂ ਤੇ ਗੁਰੂਆਂ ਦੀਆਂ ਤਸਵੀਰਾਂ ਵੇਖ ਕੇ ਮੈਂ ਇਹ ਨਾਂ ਬਾਰੇ ਪੁੱਛਿਆ ਤਾਂ ਉਹਨੇ ਵਿਅੰਗ ਨਾਲ ਕਿਹਾ ਸੀ ਸਭ ਦਾ ਧੰਨਵਾਦ ਕਰਦੀਆਂ ਕਿ ਤੁਸੀਂ ਚੰਗੇ ਕਿਤੇ ਚ ਪਾਇਆ ਸਾਨੂੰ ਹੁਣ ਮੁਕਤੀ ਦਿਓ ਤੇ ਠੀਕ ਅਸੀਂ ਨਾ ਸਾਰੇ ਧਰਮਾਂ ਦੇ ਗੁਰੂਆਂ ਦੇਵਤਿਆਂ ਦਾ तहे ਦਿਲੋਂ ਧੰਨਵਾਦ ਕਰਦੇ ਰਹਿੰਦੇ ਆ ਉਹਨਾਂ ਦੇ ਸ਼ੁਕਰਗੁਜ਼ਾਰਾਂ ਜਿਨ੍ਹਾਂ ਦੀ ਮਿਹਰ ਦੀ ਨਜ਼ਰ ਸਦਕਾ ਸੀ ਸੜਕਾਂ ਤੇ ਰਾਤ ਭਰate ਤੁਰੇ ਫਿਰਦੇ ਰਹਿੰਦੇ ਆ ਤੇ ਸੁਖੀ ਸੰਦੀ ਆਪਣੇ ਘਰੀ ਪਰਤਦੇ ਆ ਧੰਨਵਾਦ